अस्सलाम वालेकुम दोस्तों, की हाल है ਤੁਹਾਡਾ? ਵੀਰ ਵੈਸ ਕਲਰ ਜਨਾਬ, ਅੱਜ ਅਸੀਂ ਇੱਥੇ ਨਹਿਰਾਂ ਦੇ ਫਰੂਕਾਬਾਦ ਆਏ ਆ ਪਾਣੀ ਭਰਨ। ਇਹ ਵੇਖ ਕੇ ਬੜਾ ਹੀ ਅਫਸੋਸ ਹੁੰਦਾ ਯਾਰ। ਵੇਖੋ, ਆਵਾਮ ਨੂੰ ਖਿਦਮਤ ਵਾਸਤੇ ਨਲਕੇ ਲਵਾਏ ਨੇ, ਅਗਰ ਚੈੱਕ ਕਰਾ, ਸਾਰਿਆਂ ਦੀਆਂ ਹੱਡੀਆਂ ਲਾਗ ਲੈ ਗਏ ਨੇ ਨਸ਼ਈ ਨੇ, ਕਿਸੇ ਨਸ਼ਈ ਦਾ ਬੇੜਾ ਗਰਕ ਹੋਇਆ। ਤੇ ਪਾਕਿਸਤਾਨ ਦੇ ਵਿੱਚ ਵੇਖ ਲਓ, ਕੋਈ ਚੀਜ਼ ਸੇਫ ਨਹੀਂ ਹੈ। ਐਂ ਚੈੱਕ ਕਰਾਓ ਜਰਾ, ਇੱਥੋਂ ਦੇਖੋ, ਆ ਸਾਰੇ ਨਲਕੇ ਚੈੱਕ ਕਰਾ, ਆ ਚੈੱਕ ਕਰੋ। ਇਹ ਆਵਾਮ ਦੀ ਖਿਦਮਤ ਵਾਸਤੇ ਲਵਾਈ ਦੇ ਨੇ, ਅਤੇ ਆਵਾਮ ਇੱਥੇ ਰਹਿ ਨਹੀਂ ਦਿੰਦੀ। ਦੱਸੋ, ਆ ਸਾਰੇ ਇਸ ਟਾਈਮ ਬੇਕਾਰ ਪਏ ਨੇ, ਕਿੰਨੇ ਨਲਕੇ ਲੱਗੇ ਨੇ। ਇਹਨਾਂ ਤੋਂ ਬੜੇ ਲੋਕ ਜਿਹੜੇ ਨੇ ਨਾ ਮੁਤਾਸਰ ਹੋ ਰਹੇ ਨੇ, ਬੜੇ ਲੋਕ। ਤੁਹਾਡੀ ਮਿਹਰਬਾਨੀ ਹੈ, ਇਹ ਆਵਾਮ ਦੀ ਖਿਦਮਤ ਸਮਝ ਕੇ ਲੋਕ ਇੱਥੇ ਨਲਕੇ ਲਵਾਉਂਦੇ ਨੇ, ਲੇਕਿਨ ਨਸ਼ਈ ਜਿਹੜੇ ਨੇ ਉਹਨਾਂ ਦਾ ਬੇੜਾ ਗਰਕ ਹੁੰਦਾ, ਇਸ ਤੋਂ ਅੱਖਾਂ ਤੱਕ ਲਾ ਕੇ ਲੈ ਗਏ। ਅਤੇ ਕੁਛ ਖੁਦਾ ਦਾ ਖੌਫ ਕਰੋ। ਮੈਂ ਬਿਲਕੁਲ ਬੇਕਾਰ ਪਏ ਨੇ ਸਾਰੇ ਨਲਕੇ, ਬਾਅਦ ਵਿੱਚੋਂ ਇੱਕ ਇਹ ਚੱਲਦਾ ਜੇ, ਇੱਕ ਉਹ ਜਿਹੜਾ ਘੇਰ ਰਿਹਾ ਬੰਦਾ ਉਹ ਚੱਲ ਰਿਹਾ, ਯਾਨੀ ਕਿ ਦੋ ਤਿੰਨ ਚੱਲਦੇ ਨੇ, ਬਾਕੀ ਜਿਹੜੇ ਤਕਰੀਬਨ 20-25 ਨਲਕੇ ਨੇ ਉਂਝ ਹੀ ਬੇਕਾਰ ਪਏ ਨੇ।